ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ। ਹੋਰ ਸੁਣਾਓ ਜੀ, ਕੀ ਹਾਲ ਚਾਲ? ਅੱਜ ਮੈਂ ਚੱਲੀ ਸੀ ਕਰਵਾ ਚੌਥ ਦੇ ਵਰਤ ਤੇ, ਬਟ ਮੈਂ ਵਰਤ ਤਾਂ ਨਹੀਂ ਰੱਖਿਆ ਹੈਗਾ, ਪਰ ਮੈਂ ਨਾ ਦੇਖਣ ਚੱਲੀ ਸੀ ਵੀ ਕਿੱਦਾਂ ਕਰਦੇ ਆ ਸਭ ਕੁਝ। ਮੈਂ ਆਪਣੇ ਸਾਰੇ ਸ਼ੌਂਕ ਪੂਰੇ ਕੀਤੇ ਆ, ਦਵੰਗਾ ਪਾਈਆਂ ਨੇ, ਸੂਟ ਪਾਇਆ, ਪਰ ਅਨੰਤੂ ਆ ਗਿਆ, ਸੂਟ ਪਾਇਆ ਹੋਇਆ ਮੈਂ। ਮੈਂ ਕਿਹਾ ਚਲੋ ਤੁਹਾਡੇ ਨਾਲ ਆਪਾਂ ਵੀਡੀਓ ਸ਼ੇਅਰ ਕਰਾਂਗੇ। ਮੈਂ ਦੇਖਣ ਚੱਲੀ ਸਾਰੇ ਜਾਣੇ ਕਿੱਦਾਂ ਵਰਤ ਪੂਜਦੇ ਆ। ਮੈਂ ਫਸਟ ਟਾਈਮ ਦੇਖਣਾ, ਬਟ ਮੈਨੂੰ ਨਹੀਂ ਪਤਾ। ਹੁਣ ਜਾਵਾਂਗੇ ਆਪਣੇ ਫਰੈਂਡਸ ਨੂੰ ਵੇਟ ਕਰਦੀ ਪਈ ਸਾਡੇ ਨਾਲ ਦੇ ਘਰ 'ਚ ਵਰਤ, ਉਹ ਦੇਖਾਂਗੇ ਜਾ ਕੇ। ਤੁਸੀਂ ਦੱਸਿਓ ਮੇਰੀ ਬੈਂਗਲਸ ਕਿਵੇਂ ਲੱਗੀਆਂ ਇਹਦੇ ਨਾਲ ਦੀਆਂ। ਮੇਰੀ ਸੂਟ ਹੈ, ਮੈਂ ਕਾਫੀ ਟਾਈਮ ਪਹਿਲਾਂ ਸਟਿਚ ਕਰਾਇਆ ਸੀ ਇਹ ਵਾਲਾ, ਹੁਣ ਮੈਨੂੰ ਆ ਗਿਆ। ਮੈਂ ਇਹਨਾਂ ਦਾ ਛੋਟਾ ਸੀ ਉਦੋਂ 2.5 ਇਹਦਾ, ਉਦੋਂ ਮੈਂ ਸਟਿਚ ਕਰਾਇਆ ਸੀ, ਹੁਣ ਮੈਨੂੰ ਆਉਣ ਲੱਗ ਪਿਆ ਫਿਰ ਤੋਂ। ਹਾਂ, ਉਹ ਯੂਮ ਹੋਇਆ ਪਿਆ ਸੀ। ਚਲੋ ਜੀ, ਹੈਪੀ ਕਰਵਾ ਚੌਥ ਸਾਰਿਆਂ ਨੂੰ। ਵਧੀਆ ਲੱਗੀ, ਲਾਈਕ ਸ਼ੇਅਰ ਕਮੈਂਟ ਕਰਨਾ। ਮੈਂ ਵੀਡੀਓ ਨਹੀਂ ਬਣਾ ਪਾਈ ਕਿ ਉੱਥੇ ਫੋਟੋਆਂ ਥੋੜ੍ਹੀਆਂ ਕੀਤੀਆਂ ਸੀ ਵਿੱਚ, ਉਹ ਐਡ ਕਰ ਦਿੱਤੀਆਂ। ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਮੇਰਾ ਕਿੱਦਾਂ ਲੱਗਾ, ਕਿ ਉਹ ਮਨਾ ਕਰਦੇ ਸੀ, ਇਸ ਕਰਕੇ ਮੈਂ ਵੀਡੀਓ ਨਹੀਂ ਬਣਾਈ। ਓਕੇ ਜੀ, ਬਾਏ ਬਾਏ ਜੀ।